हमारे लिए आज की अंजील मुक़दस मुक़दस मती की अंजील उसका पांच बाब तेरह से सोलह आयात मुकदसा तुम जमीन का नमक हो लेकिन अगर नमक का मज़ा जाता रहे तो वो किस चीज़ से नमकीन किया जाएगा फिर वो किसी काम का नहीं सवाए इसके के बाहर फेंका जाए और लोगों के पाँव के नीचे रोंदा जाए तुम दुनिया का नूर हो जो शहर पहाड़ पर बसा हो वो छुप नहीं सकता और लोग चिराग रोशन करके पैमाने के नीचे नहीं बल्कि चिरागदान पर रखते हैं ताकि उन सब को जो घर में हैं रोशनी पहुँचाए इसी तरह तुम्हारी रोशनी आदमियों के सामने चमके ताकि वो तुम्हारे नेक कामों को देखें और तुम्हारे बाप की जो आसमान पर है तमजीद करें पाक लाम के पढ़े और सुने जाने पर खुदावद की खास बरकत हो खुदावद का शुक्र हो बाप और बेटे और के नाम में आमीन मेरे वालों तू सू सुबह सलाम उम्मीद करना कि ती सारे सलामती हो तारी सलामती अच्छी सेहत मैं दुआ गो ਅੱਜ ਅਸੀਂ ਖੁਦਾਵੰਨ ਚ ਮੇਰੇ ਅਸੀਸੋ ਅੱਜ ਅਸੀਂ ਇਹਦੇ 35 ਗੋਸ਼ ਤੋਂ ਬਾਅਦ ਆਮ ਦਿਨਾਂ ਦਾ ਆਗਾਜ਼ ਕਰਨਿਆ ਲਤੂਰੀਆਈ ਤੌਰ ਤੇ ਆਮ ਦਿਨਾਂ ਦੇ ਵਿੱਚ 10ਵੇਂ ਹਫਤੇ ਦੇ ਮੰਗਲ ਦੀਆਂ ਤਲਾਵਤਾਂ ਤੇ ਅੱਜ ਅਸੀਂ ਗੌਰ ਕਰਾਂਗੇ ਅੱਜ ਦਾ ਕਲਾਮ ਪਹਿਲੀ ਤਲਾਵਤ ਦੇ ਵਿੱਚ ਸਾਨੂੰ ਦੱਸਦਾ ਹੈ ਸਾਰਫਤ ਦੀ ਬੇਵਾ ਤੇ ਇlias ਨਬੀ ਦਾ ਜ਼ਿਕਰ ਐ ਵਾਕਿਆ ਸੀਂ ਬਹੁਤ ਦਫਾ ਪਹਿਲੇ ਵੀ ਸੁਣ ਚੁੱਕੇ ਹਾਂ ਬਾਖੂ ਵੀ ਅਸੀਂ ਇਸ ਤੋਂ ਵਕਫਾ ਅੱਜ ਇੱਕ ਦਫਾ ਫਿਰ ਖੁਦਾ ਦਾ ਕਲਾਮ ਸਾਨੂੰ ਇਹ ਮੌਕਾ ਦਿੰਦਾ ਹੈ ਕਿ ਅਸੀਂ ਇਸ ਵਾਕਿਆ ਦੇ ਨਾਲ ਆਪਣੀ ਜ਼ਿੰਦਗੀ ਨੂੰ ਵੀ ਵੇਖ ਸਕੀਏ ਪਹਿਲੀ तिलावत ਜਿਹਦੇ ਵਿੱਚ ਅਸੀਂ ਇਹ ਗੱਲ ਸੁਣੀ ਕਿ ਇlias ਨਬੀ ਦੇ ਦੌਰ ਦੇ ਵਿੱਚ ਜਦੋਂ ਕਾਲ ਪੈ ਗਿਆ ਖਾਣ ਪੀਣ ਦੇ ਲਈ ਕੋਈ ਚੀਜ਼ ਨਹੀਂ ਸੀ ਲੱਭਦੀ ਖੁਦਾ ਨੇ ਮਨਸੂਬਾ ਬਣਾਇਆ ਕਿ ਖੁਦਾਵੰ ਖੁਦਾ ਇlias ਨਬੀ ਨੂੰ ਸਾਰਫਤ ਦੀ ਬੇਵਾ ਦੇ ਘਰ ਭੇਜਦਾ ਹੈ ਔਰ ਉਸ ਬੇਵਾ ਦੀ ਤੰਗ ਦਸਤੀ ਦੀ ਇੰਤਹਾ ਦੇਖੋ ਕਿ ਜਦੋਂ ਇlias ਨਬੀ ਨੇ ਉਹਦੇ ਕੋਲੋਂ ਖਾਣ ਲਈ ਕੁਝ ਮੰਗਿਆ ਉਸ ਬੇਵਾ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਮੇਰੇ ਕੋਲ ਥੋੜਾ ਜਿਹਾ ਆਟਾ ਤੇ ਥੋੜਾ ਜਿਹਾ ਤੇਲ ਹੈ ਮੈਂ ਲੱਕੜੀਆਂ ਇਕੱਠੀ ਕਰ ਰਹੀ ਆ ਤਾਂ ਜੋ ਆਖਰੀ ਦਫਾ ਖਾਣਾ ਬਣਾ ਕੇ ਖੁਦ ਵੀ ਖਾਵਾਂ ਤੇ ਆਪਣੇ ਬੇਟੇ ਨੂੰ ਵੀ ਦਵਾਂ ਤੇ ਉਸ ਤੋਂ ਬਾਅਦ ਅਸੀਂ ਮਰ ਜਾਈਏ ਕਿਉਂਕਿ ਉਹ ਕਾਲ ਹੋਣ ਦੀ ਵਜ੍ਹਾ ਤੋਂ ਖਾਣ ਪੀਣ ਦੀਆਂ ਚੀਜ਼ਾਂ ਮਿਲ ਨਹੀਂ ਸਨ ਰਹੀਆਂ ਜਦੋਂ ਇlias ਨਬੀ ਨੇ ਇਹ ਗੱਲ ਕਹੀ ਕਿ ਸਭ ਤੋਂ ਪਹਿਲੇ ਤੂੰ ਇਸ ਥੋੜੇ ਜਿਹਾ ਆਟੇ ਦੇ ਵਿੱਚੋਂ ਇੱਕ ਛੋਟੀ ਜੀ ਟਿੱਕੀਆ ਮੇਰੇ ਲਈ ਬਣਾ ਮੇਰੇ ਲਈ ਲੈ ਕੇ ਆ ਉਸ ਔਰਤ ਦਾ ایمان ਤੇ ਮਹਿਮਾਨ ਨਵਾਜ਼ੀ ਦੀ ਇੰਤਹਾ ਵੇਖੋ ਕਿ ਇੱਕ ਅਜਨਬੀ ਸ਼ਖਸ ਨੇ ਉਹਦੇ ਕੋਲੋਂ ਖਾਣ ਲਈ ਮੰਗਿਆ ਤੇ ਆਪਣੀ ਤੰਗ ਦਸਤੀ ਦੇ ਬਾਵਜੂਦ ਵੀ ਉਹਨੇ ਉਹ ਕੀਤਾ ਉਹਦਾ ਹੁਕਮ ਮੰਨਿਆ ਤੇ ਫਿਰ ਉਸ ਤੋਂ ਬਾਅਦ ਉਹ ਦਾਦਾ ਕਲਾਮ ਕਹਿੰਦਾ ਹੈ ਕਿ ਉਹਦੇ ਘੜੇ ਚੋਂ ਨਾ ਆਟਾ ਤੇ ਨਾ ਉਹਦੀ ਕੁੱਪੀ ਚੋਂ ਤੇਲ ਮੁਕਿਆ ਜਦੋਂ ਤੱਕ ਕਿ ਉਸ ਇਲਾਕੇ ਦੇ ਵਿੱਚ ਕਾਲ ਖਤਮ ਨਾ ਹੋ ਗਿਆ ਖੁਦਾ ਦੀ ਬਰਕਤ ਖੁਦਾ ਦੀ ਰਹਿਮਤ ਉਸ بیਵਾ عورت ਦੇ ਨਾਲ رہی ਅਚੰਜੀਲੀ ਮੁਕद्दਸ ਦੇ ਵਿੱਚ ਖੁਦਾਵੰਦ ਯਿਸੂ ਮਸੀਹ ਫਰਮਾਉਂਦੇ ਨੇ ਕਿ ਤੁਸੀਂ ਜ਼ਮੀਨ ਦਾ ਨਮਕ ਹੋ ਤੇ ਅਗਰ ਨਮਕ ਦਾ ਮਜ਼ਾ ਜਾਂਦਾ ਰਹੇ ਤੇ ਫਿਰ ਉਹ ਕਿਸ ਚੀਜ਼ ਨਾਲ ਨਮਕੀਨ ਕੀਤਾ ਜਾਏਗਾ ਕਿਸੇ ਚੀਜ਼ ਨਾਲ ਨਹੀਂ ਬਲਕਿ ਉਹ ਬਾਹਰ ਸੁਟਿਆ ਜਾਏਗਾ ਤੇ ਪੈਰਾਂ ਥਲੇ ਰੁਲਦਾ ਰਹੇਗਾ ਤੇ ਖੁਦਾਵੰਦ ਯਿਸੂ ਮਸੀਹ ਫਰਮਾਉਂਦੇ ਨੇ ਕਿ ਤੁਸੀਂ ਦੁਨੀਆ ਦਾ ਨੂਰ ਹੋ ਕੋਈ ਵੀ ਸ਼ਖਸ ਦੀਵਾ ਜਲਾ ਕੇ ਉਹਨੂੰ ਟੱਕ ਕੇ ਨਹੀਂ ਰੱਖਦਾ ਬਲਕਿ ਇੱਕ ਐਸੀ ਜਗ੍ਹਾ ਤੇ ਰੱਖਦਾ ਏ ਜਿੱਥੇ ਸਾਰਿਆਂ ਨੂੰ ਘਰ 'ਚ ਆਣ ਵਾਲਿਆਂ ਨੂੰ ਤੇ ਜਾਣ ਵਾਲਿਆਂ ਨੂੰ ਰੋਸ਼ਨੀ ਪਹੁੰਚੇ ਖੁਦਾਵੰਦ ਯਿਸੂ ਮਸੀਹ ਫਰਮਾਉਂਦੇ ਨੇ ਕਿ ਤੁਹਾਡੇ ਕੰਮਾਂ ਤੋਂ ਲੋਕ ਜਾਣਨ ਕਿ ਤੁਸੀਂ ਮੇਰੇ ਸ਼ਾਗਿਰਦ ਹੋ ਤੁਹਾਡੀ ਰੋਸ਼ਨੀ ਤੁਹਾਡੇ ਕੰਮਾਂ ਦੇ ਜ਼ਰੀਏ ਦੂਸਰਿਆਂ ਤੱਕ ਪਹੁੰਚਣੀ ਚਾਹੀਦੀ ਹੈ ਮਸੀਹ ਖੁਦਾਵੰ ਚ ਮੇਰੇ ਸਿਸੋ ਅੱਜ ਅਸੀਂ ਜਿਸ ਦੌਰ ਚੋਂ ਗੁਜ਼ਰ ਰਹੇ ਹਾਂ ਅੱਜ ਦੀਆਂ ਤਲਾਫਤਾਂ ਸਾਡੇ ਲਈ ਬੜੀਆਂ ਹੀ ਮੌਜੂ ਨੇ ਦਿਨ ਬਦਿਨ ਸਾਡੀ ਜ਼ਿੰਦਗੀ ਚੋਂ ਰੋਸ਼ਨੀ ਮੁਕਦੀ ਜਾ ਰਹੀ ਹੈ ਸਾਡੇ ਗਲੀ ਮਹੱਲੇ ਸਾਡੇ ਖਾਨਦਾਨ ਸਾਡੀ ਇਨਫਰਾਦੀ ਜ਼ਿੰਦਗੀ ਦਿਨ ਬਦਨ ਅੰਧੇਰੇ ਚ ਜਾ ਰਹੀ ਹੈ ਸਾਡੇ ਬਹੁਤ ਸਾਰੇ ਗਲੀ ਮਹੱਲੇ ਅੱਜ ਨਸ਼ੇ ਦੇ ਅੰਧੇਰੇ ਚ ਡੁੱਬੇ ਹੋਏ ਨੇ ਬਹੁਤ ਸਾਡੇ ਖਾਨਦਾਨ ਬਹੁਤ ਸਾਰੇ ਸਾਡੇ ਲੋਕ ਦੁੱਖ ਤਕਲੀਫਾਂ ਬਿਮਾਰੀਆਂ ਪਰੇਸ਼ਾਨੀਆਂ ਲਾਲਜ ਹਸਦ ਤੇ ਇਸ ਤਰ੍ਹਾਂ ਦੀਆਂ ਬੇਸ਼ੁਮਾਰ ਬੁਰਾਈਆਂ ਦੇ ਅੰਧੇਰੇ ਦੇ ਵਿੱਚ ਪਏ ਹੋਏ ਨੇ ਦਿਨ ਬਦਿਨ ਅਸੀਂ ਆਪਣੇ ਅੰਦਰੋਂ ਨਮਕ ਦਾ ਮਸਾ ਖਤਮ ਕਰਦੇ ਜਾ ਰਹੇ ਹਾਂ ਖਤਮ ਹੋ ਰਿਹਾ ਹੈ ਦਿਨ ਬਦਿਨ ਸਾਡੇ ਦਿਲ ਸਖਤ ਹੋਈ ਜਾ ਰਹੇ ਨੇ ਅੱਜ ਦੀ ਬੇਵਾ ਸਾਡੇ ਸਾਰਿਆਂ ਦੇ ਲਈ ਇੱਕ ਬਹੁਤ ਉਮਦਾ ਮਿਸਾਲ ਬਣਦੀ ਏ ਕਿ ਲੋਕ ਤੁਹਾਡੇ ਕੰਮਾਂ ਤੋਂ ਜਾਣਨ ਕਿ ਤੁਸੀਂ ਮੇਰੇ ਸ਼ਾਗਿਰਦ ਹੋ ਜਿਸੂ ਮਸੀਹ ਦੇ شاਗਿਰਦ ਬਣਨ ਦੇ ਲਈ ਸੱਚੇ شاਗਿਰਦ ਬਣਨ ਦੇ ਲਈ ਅੱਜ ਸਾਨੂੰ ਇਸ ਸਾਰਫਤ ਦੀ بیਵਾ ਦਾ ਰਵਈਆ اختیار ਕਰਨ ਦੀ دعوت ਦਿੱਤੀ ਜਾਂਦੀ ਹੈ ਜਿਹਦੇ ਵਿੱਚ ਇਹ ਔਰਤ ਬਗੈਰ ਕਿਸੇ ਡਰ ਤੋਂ ਖੌਫ ਤੋਂ ਬੜੀ ਬਹਾਦਰੀ ਦੇ ਨਾਲ بڑے ایمان ਦੇ ਨਾਲ ਆਪਣੇ ਥੋੜੇ ਜਿਹੇ ਰਜ਼ਕ ਦੇ ਵਿੱਚੋਂ ਵੀ ਇੱਕ ਅਜਨਬੀ ਸ਼ਖਸ ਨੂੰ ਤਕਸੀਮ ਕਰ ਦਿੰਦੀ ਹੈ ਉਹਦੇ ਲਈ ਵੀ ਖਾਣੇ ਦਾ ਇੰਤਜ਼ਾਮ ਕਰ ਦਿੰਦੀ ਹੈ ਅੱਜ ਸਾਡੇ ਕੋਲ ਬਹੁਤ ਕੁਝ ਹੈ ਸਾਡੇ ਘਰਾਨਿਆਂ 'ਚ ਬਹੁਤ ਕੁਝ ਹੈ ਬੇਸ਼ੱਕ ਮਹਿੰਗਾਈ ਦੀ ਬਹੁਤ ਜ਼ਿਆਦਾ ਹਰ ਇਲਾਕੇ 'ਚ ਹਰ ਜਗ੍ਹਾ ਮਹਿੰਗਾਈ ਬਹੁਤ ਹੋ ਗਈ ਹੈ ਲੇਕਿਨ ਇਸ ਤੋਂ ਜ਼ਿਆਦਾ ਜਿਸ ਚੀਜ਼ ਦੀ ਕਮੀ ਹੈ ਉਹ ਫਰਾਗ ਦੀ ਈ ਅੱਜ ਪਹਿਲੇ ਤੋਂ ਜ਼ਿਆਦਾ ਸਾਡੇ ਕੋਲ ਵਸਾਇਲ ਵੀ ਨੇ ਅਗਰ ਮਹਿੰਗਾਈ ਬਹੁਤ ਈ ਤੇ ਵਸਾਇਲ ਵੀ ਸਾਡੇ ਕੋਲ ਨੇ لیکن ਸਾਡੇ دل پہلے ਵਗਰੇ ਨਹੀਂ ਰਹੇ ਸਾਰਫਤ ਦੀ بیوا ਆਪਣੇ ਥੋੜੇ ਜਿਹੇ ਆਟੇ ਚੋਂ ਤੇ ਤੇਲ ਚੋਂ ایک اجنبی ਦੀ مدد ਕਰਦੀ ہے لیکن ਸਾਡੇ رویے جہاد دیکھو کہ ਅਸੀਂ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਆਪਣੇਾਂ ਤੋਂ ਹੀ ਲੋਕ ਲੋਕ ਕੇ ਛੁਪ ਛੁਪ ਕੇ ਅਸੀਂ ਜ਼ਿੰਦਗੀ گزار ਰਹੇ ਹਾਂ ਤੇ ਫਿਰ ਕਿਸ ਤਰ੍ਹਾਂ ਲੋਕ ਸਾਨੂੰ ਜਾਣ ਸਕਣ ਕਿਸ ਤਰ੍ਹਾਂ ਫਿਰ ਅਸੀਂ ਚਮਕ ਸਕੀਏ ਸਾਡੇ ਕੰਮ ਕਿਸ ਤਰ੍ਹਾਂ ਦੇ ਨੇ ਕਿ ਸਾਡੇ ਕੰਮ ਵੇਖ ਕੇ ਲੋਕ ਸਾਡੀ ਤਾਰੀਫ ਕਰਦੇ ਨੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਨੂੰ ਇੱਜ਼ਤ ਤੇ ਜਲਾਲ ਮਿਲਦਾ ਹੈ ਜਾਂ ਨਹੀਂ ਆਓ ਜਸੀ ਆਪਣੇ ਆਪਣੇ ਰਵਈਆ ਜਾਤ ਨੂੰ ਚੈੱਕ ਕਰੀਏ ਕਿ ਸਾਡੀ ਜ਼ਿੰਦਗੀ 'ਚ ਯਿਸੂ ਦੇ ਕਲਾਮ ਦੀ ਰੌਸ਼ਨੀ ਹੈ ਵੇ ਜਾਂ ਨਹੀਂ ਅਗਰ ਨਹੀਂ ਤੇ ਆਓ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀ ਜ਼ਿੰਦਗੀ 'ਚ ਆਪਣੀ ਖਾਨਦਾਨੀ ਜ਼ਿੰਦਗੀ ਦੇ ਵਿੱਚ ਖੁਦਾ ਦੇ ਕਲਾਮ ਨੂੰ ਪੜੀਏ ਜਿਹੜਾ ਸਾਡੀ ਰਾਤエリ ਰੋਸ਼ਨੀ ਤੇ ਸਾਡੇ ਕਦਮਾਂ ਦੇ ਲਈ ਚਰਾਗੇ ਜਿਹਦੇ ਵਿੱਚ ਸਾਰਫਤ ਦੀ ਮਿਸਾਲ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਬੇਸ਼ੁਮਾਰ ਐਸੀਆਂ ਮਿਸਾਲਾਂ ਪਾਈਆਂ ਜਾਂਦੀਆਂ ਨੇ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੀਆਂ ਨੇ ਖੁਦਾ ਜਬ ਆਪਣੇ ਕਲਾਮ ਦੇ ਵਸੀਲਾ ਦੇ ਨਾਲ ਸਾਡੀ ਜ਼ਿੰਦਗੀ 'ਚ ਹਰ ਤਰ੍ਹਾਂ ਦਾ ਅੰਧੇਰਾ ਦੂਰ ਕਰੇ ਹਰ ਤਰ੍ਹਾਂ ਦੀ ਬੁਰਾਈ ਪਰੇਸ਼ਾਨੀ ਮੁਸ਼ਕਲ ਨੂੰ ਦੂਰ ਕਰਕੇ ਸਾਨੂੰ ਇਹ ਫਜ਼ਲ ਬਖਸ਼ੇ ਤਾਂ ਜੋ ਅਸੀਂ ਖੁਦਾ ਦੀ پاک ਮਰਜ਼ੀ ਦੇ ਮੁਤਾਬਕ ਚਲਦੇ ਹੋਏ ਐਸੇ ਕੰਮ ਕਰੀਏ ਜਿਦੇ ਨਾਲ ਯਿਸੂ ਦੇ ਨਾਮ ਨੂੰ ਇੱਜ਼ਤ ਤੇ ਜਲਾਲ ਮਿਲੇ ਖੁਦਾਤਾ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਬਰਕਤ ਦੇ ਆਮੀਨ